मैं पुनीत बावा, चेयरमैन बंदा बहादुर कॉलेज ऑफ नर्सिंग फरीदकोट, बाबा फरीद जी के शुभ आगमन के उत्ते सारे पंजाब वासियों, पंजाब तो बाहर बैठे वासियों को लख लख वधाई दे। अते नौजवान नौजवानों यह अपील कर रहा, अजकल का नौजवान नशे के विच बहुत आ चुकया। नशे दो तरह के हो गए जी, चिट्टा ते डिजिटल नशा। मैं नौजवानों यह अपील करना, चिट्टे तो बचन ही बचन, जिहड़ा साडे बच्चों तो लैके वड्डियां तक एक डिजिटल नशा जिहड़ा हैगा मोबाइल का नशा, इन्हां नूं मैं अपील करदा वी इन्हां नूं माँ प्यो अपने बच्चों मोबाइल के नशे तो भी बचाउण। मोबाइल रात नूं 8 बजे तो लैके सवेरे 10 बजे तक बंद करके रख। मैं एक बार फिर इन्ना ही कहना होया, बाबा फरीद दे शुभ आगमन दे दिवस ते लोगों नूं लख लख वधाई। थैंक यू वेरी मच। मैं प्रधान नगर कौंसल फरीदकोट अपने कनियो आपके कनियो आपके सारे परिवार कनियो सारे आपके एमसी सामान ते आपके स्टाफ कनियो बाबा फरीद जी आगमन पुरपियां शहर वासियों पंजाब वासियों ते बाहर वासदे मेरे जिन्ने भैण भरा सारे पंजाबी सारयां नूं बहुत बहुत बधाई दिंदा। आस करदा कि सारे परमात्मा सारयां नूं तंदुरुस्ती भरा जीवन देवे, खुश रखे ते आपके कम्मां काजां कामयाबियां बख्शे। मैं एक निकी जी अपील भी करनी चाहना, अगे बड़ा सहयोग मिलता है फरीदकोट वासियों का। मैं बेनती करना कि जिहड़ा मेला आप मना इस बार, चलो कई बार साढ़े जो नगर कौंसल कमियां रह जाती भी सफाई से सफाई का जो कोई योगदान नहीं पा सकते, भी इन आप डिस्पोजल रैस बनाइए, जो प्लास्टिक रैस बनाइए, मतलब कि जो कोई भी है जो पत्तल आप वरत के ना कि दूजा जो स्टील के बर्तन वरत लो, प्लास्टिक के बर्तन ना वरते जाने, इन्नी सा बेनती है। असं तकरीबन सारे शहर डस्टबिन लावे, आप ट्रालियां भी खड़ावे, आटो भी साढ़े खड़न हरेक लंगर से। ਵੱਧ ਤੋਂ ਵੱਧ ਬੇਨਤੀ ਹੈ ਕਿ ਉਸ ਡਸਟਬਿਨ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਉਹ ਜਿਹੜਾ ਹੈਗਾ ਵੇਸਟ ਜੋ ਪਾਈ ਜਾ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਮੌਜੂਦ ਹੈ ਸ਼ਹਿਰ ਫਰੀਦਕੋਟ, ਜ਼ਿਲ੍ਹਾ ਫਰੀਦਕੋਟ ਤੇ ਪੰਜਾਬ। ਆਪਾਂ ਗੱਲ ਕਰਨ ਜਾ ਰਹੇ ਹਾਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024। ਇਤਿਹਾਸ ਦੀ ਗੱਲ ਕਰੀਏ ਤਾਂ ਮੈਂ ਸੇਵਾਦਾਰ ਮਹੀਪਿੰਦਰ ਸਿੰਘ, ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਤੇ ਜਨਰਲ ਸਕੱਤਰ। ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਜੀ 12ਵੀਂ ਸਦੀ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਆਏ ਸਨ, ਜਦੋਂ ਇਹ ਸ਼ਹਿਰ ਦਾ ਨਾਮ ਸੀ ਮੋਕਲ ਹਰ ਅਤੇ ਰਾਜੇ ਦਾ ਨਾਮ ਸੀ ਮੋਕਲ ਸੀ, ਜੋ ਕਿ ਇੱਕ ਪੱਟੀ ਰਾਜਪੂਤ ਸੀ। ਸੋ ਬਾਬਾ ਫਰੀਦ ਜੀ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਤਾਂ ਬਾਬਾ ਫਰੀਦ ਜੀ 40 ਦਿਨ ਫਰੀਦਕੋਟ ਸ਼ਹਿਰ ਦੇ ਵਿੱਚ ਰਹੇ। ਉਸ ਸਮੇਂ ਇਸ ਦਾ ਨਾਮ ਫਰੀਦਕੋਟ ਨਹੀਂ ਸੀ, ਉਹਨਾਂ ਦੇ ਜਾਣ ਤੋਂ ਬਾਅਦ ਜਿਹੜਾ ਇਹ ਸ਼ਹਿਰ ਦਾ ਨਾਮ ਰਾਜੇ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਫਰੀਦਕੋਟ ਰੱਖਿਆ ਗਿਆ। ਤੇ ਇਤਿਹਾਸ ਇਹ ਹੈ ਕਿ ਚਲੀਹਾ ਕੱਟਿਆ ਉਹਨਾਂ ਨੇ 40 ਦਿਨ, ਕਿਉਂਕਿ ਬਾਬਾ ਫਰੀਦ ਜੀ ਮੁਸਲਮਾਨ ਸੰਤ ਫਕੀਰ ਸਨ। ਸੋ ਉਹਨਾਂ ਦੀ ਯਾਦ ਦੇ ਵਿੱਚ ਸ਼ਹਿਰ ਵਾਸੀਆਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਰਲ ਮਿਲ ਕੇ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਸੋ ਇਸ ਸਾਲ ਵੀ ਉਮੀਦ ਹੈ ਕਿ ਸੰਗਤਾਂ ਸ਼ਰਧਾ ਪੂਰਵਕ ਅਤੇ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਨਾਲ ਜਿਹੜਾ ਨਗਰ ਕੀਰਤਨ, ਧਾਰਮਿਕ ਸਮਾਗਮ, ਸੱਭਿਆਚਾਰਕ ਸਮਾਗਮ ਤੇ ਵੱਖ ਵੱਖ ਵਨਗੀਆਂ ਜਿਹੜੀਆਂ ਇਸ 5 ਦਿਨਾਂ ਆਗਮਨ ਪੁਰਬ ਦੇ ਵਿੱਚ ਪੇਸ਼ ਹੋਣਗੀਆਂ। ਸੋ ਮੈਂ ਫਿਰ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਤੇ ਲੱਖ ਲੱਖ ਵਧਾਈ ਪੇਸ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮੇਸ਼ ਕੁਮਾਰ ਗੇਰਾ, ਪ੍ਰਧਾਨ ਅਰੋੜਾ ਮਹਾਸਭਾ ਫਰੀਦਕੋਟ, ਗੇਰਾ ਪੱਡਾ ਆਚਾਰ ਫੈਕਟਰੀ ਫਰੀਦਕੋਟ ਤੋਂ। ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ, ਫਰੀਦਕੋਟ ਸ਼ਹਿਰ ਦੇ ਵਾਸੀਆਂ ਨੂੰ, ਸਾਰੇ ਪੰਜਾਬ ਹਿੰਦੁਸਤਾਨ ਦੇ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਅਸੀਂ ਇਹ ਚਾਹੁੰਦੇ ਹਾਂ ਕਿ ਮੇਲਾ ਖੁਸ਼ੀਆਂ ਭਰਿਆ ਆਵੇ ਤੇ ਹਰ ਇੱਕ ਨੂੰ ਤੰਦਰੁਸਤੀ ਦੇਵੇ। ਇਸ ਮੇਲੇ ਦੇ ਵਿੱਚ ਬਾਹਰੋਂ ਝੂਲੇ ਵੀ ਆਉਂਦੇ ਆ ਤੇ ਜਿੰਨੇ ਹੈਗੇ ਆ ਸਟਾਲਾਂ ਵੀ ਲੱਗਦੀਆਂ ਤੇ ਲੋਕੀ ਬਹੁਤ ਲੰਗਰ ਲਾਉਂਦੇ ਆ, ਜਿਹੜੇ ਕਈ ਲੋਕ ਇੱਥੇ ਆ ਕੇ ਆਪਣਾ ਰੁਜ਼ਗਾਰ ਵੀ ਕਰਦੇ ਆ, ਦੁਕਾਨਾਂ ਵੀ ਲਗਾਉਂਦੇ ਆ, ਤੇ ਨਾਲ ਜੇ ਕੋਈ ਛੋਟੇ ਮੋਟੇ ਦੁਕਾਨਦਾਰ ਹੈ ਆਪਣਾ ਸਮਾਨ ਖੇਡਾਂ ਦਾ ਬੱਚਿਆਂ ਦਾ ਉਹ ਵੇਚਦੇ ਆ। ਬਥੇਰੇ ਲੋਕ ਇੱਥੇ ਆ ਕੇ ਮੇਲੇ ਦਾ ਆਨੰਦ ਮਾਣਦੇ ਆ। ਮੈਂ ਚਾਹੁੰਦਾ ਕਿ ਹਰ ਤਰ੍ਹਾਂ ਦਾ ਬੰਦਾ ਜਿਹੜਾ ਉਹ ਤੰਦਰੁਸਤ ਰਹੇ ਤੇ ਚੜ੍ਹਦੀਆਂ ਕਲਾ ਚ ਰਹੇ। ਬਾਬਾ ਸ਼ੇਖ ਫਰੀਦ ਜੀ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ।